ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ, ਜਿੱਥੇ ਪੰਜਾਬ ਪੁਲਿਸ ਦੇ SI ਹਰਮੇਲ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜੀ ਹਾਂ, ਜਿੱਥੇ ਤੁਹਾਡੇ ਸਾਹਮਣੇ ਤਸਵੀਰ ਹੈ ਮ੍ਰਿਤਕ SI ਹਰਮੇਲ ਸਿੰਘ ਦੀ, ਜਿਸਨੇ ਜਾਣਕਾਰੀ ਮੁਤਾਬਕ ਆਪਣੀ ਗੱਡੀ 'ਚ ਸਾਹਮਣੇ ਨਜ਼ਰ ਆ ਰਹੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰੀ ਸੀ। ਕਾਬਲੇ ਗੌਰ ਹੈ ਕਿ SI ਪਟਿਆਲਾ CID 'ਚ ਡਿਊਟੀ ਕਰਦਾ ਸੀ ਤੇ ਹੁਣ ਇਸ ਮਾਮਲੇ ਤੇ ਜਾਣਕਾਰੀ ਦੇ ਬਾਅਦ ਪੁਲਿਸ ਜਾਂਚ 'ਚ ਜੁਟ ਗਈ ਹੈ ਕਿ ਆਖਿਰ ਇਸ SI ਵੱਲੋਂ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ। ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਇਹ ਖਬਰ ਹੈ ਪਟਿਆਲਾ ਤੋਂ, ਜਿੱਥੇ CID 'ਚ ਡਿਊਟੀ ਕਰਦੇ ਪੰਜਾਬ ਪੁਲਿਸ ਦੇ SI ਹਰਮੇਲ ਸਿੰਘ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।